ਦਿੱਤਾ। ਮੈਂ ਕੁਲਦੀਪ ਮਹਿੰਦਰ ਸਿੰਘ ਹੈਗਾ, ਮੇਰੇ ਸਰਦਾਰ ਸਾਹਿਬ ਦਾ ਨਾਮ ਮਹਿੰਦਰ ਸਿੰਘ ਸੀਗਾ, ਮੇਰਾ ਆਪਣਾ ਨਾਮ ਕੁਲਦੀਪ ਕੌਰ ਹੈ। ਅਸੀਂ ਇੱਥੇ ਸਾਊਥ ਐਕਸਟੈਂਸ਼ਨ ਵਿੱਚ ਹੀ, ਅਸੀਂ ਉਸ ਤੋਂ ਵੀ 20 ਸਾਲ ਪਹਿਲਾਂ ਤੋਂ ਇੱਥੇ ਰਹਿ ਰਹੇ ਸੀਗੇ, ਅਤੇ ਸਾਰਾ ਬੜਾ ਅੱਛਾ ਸਭ ਕੁਛ ਸੀਗਾ, ਸਾਰੇ ਨੇਬਰਹੁੱਡ ਹੋਰ ਸਾਰਾ ਕੁਛ, ਸਾਰਾ ਸ਼ਾਂਤੀਮਈ ਸਭ, ਬੜਾ ਅੱਛਾ ਸਿਲਸਿਲਾ ਚੱਲਦਾ ਪਿਆ ਸੀਗਾ। ਅਸੀਂ ਦਿੱਲੀ ਵਿੱਚ ਹੀ ਸੀਗੇ, ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਉੱਥੇ ਗੌਰਮੈਂਟ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਇੱਥੇ ਸਿੱਖ ਇਕੱਠੇ ਹੋ ਰਹੇ ਨੇ, ਕੁਛ ਉਹ ਟੈਰੋਰਿਸਟ ਬਣ ਰਹੇ ਨੇ, ਕੁਛ ਇਹੋ ਜਿਹੀਆਂ ਗੱਲਾਂ, ਖਾਲਿਸਤਾਨ ਮੰਗ ਰਹੇ ਨੇ, ਅਤੇ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਅਤੇ ਪਰ ਫਿਰ ਇਹ ਨਹੀਂ ਪਤਾ ਸੀਗਾ ਕਿ ਲੋਕਾਂ ਨੂੰ ਫੜਦੇ ਤਾਂ ਸੀਗੇ, ਕੁਛ ਉਹ ਵੀ ਕਰਦੇ ਸੀਗੇ, ਪਰ ਤਦ ਇੱਕਦਮ ਪਤਾ ਚੱਲਿਆ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ ਹੈ, ਫੌਜਾਂ ਲੈ ਕੇ ਔਰ ਸਭ ਲੈ ਕੇ ਉੱਥੇ ਪਹੁੰਚ ਗਏ ਨੇ। ਦੋ ਦਿਨ ਤਾਂ ਪਾਰ ਹੀ ਇਸ ਤਰ੍ਹਾਂ ਲੜਾਈਆਂ ਹੁੰਦੀਆਂ ਰਹੀਆਂ, ਹੁੰਦੀ ਰਹੀ, ਫਿਰ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰ ਗਏ, ਆਪਣੇ ਲੈ ਕੇ ਟਰੱਕ ਲੈ ਕੇ ਟੈਂਕਸ ਲੈ ਕੇ ਅੰਦਰ ਚਲੇ ਗਏ। ਬਹੁਤ ਸਖਤ, ਬਹੁਤ ਗਲੂਮੀ ਐਟਮੋਸਫੀਅਰ ਸੀਗਾ, ਔਰ ਸਾਰੇ ਸਰਦਾਰ ਸਭ ਲੋਕ ਬਹੁਤ ਇਸ ਗੱਲ ਨੂੰ ਸੁਣ ਕੇ ਗੁੱਸੇ ਵਿੱਚ ਵੀ ਸੀਗੇ, ਦੁੱਖ ਵਿੱਚ ਵੀ ਸੀਗੇ। ਔਰ ਸਖਤ ਬਸ ਟੀ ਵੀ ਦੇ ਉੱਤੇ ਖਬਰ ਕੋਈ ਨਹੀਂ ਸੀ ਜ਼ਿਆਦਾ ਆਉਂਦੇ ਰਹੇ, ਸੋ ਨਿਊਜ਼ ਪੇਪਰ ਦੇ ਨਾਲ ਹੀ ਆ ਉਸ ਦੇ ਨਾਲ ਹੀ ਲੋਕ ਜੋ ਆ ਕੇ ਦੱਸਦੇ ਸਨ ਉਹੀ ਪਤਾ ਚੱਲਦਾ ਸੀ। ਅਸੀਂ ਤਾਂ ਦਿੱਲੀ 'ਚ ਹੀ ਸੀਗੇ, ਇੱਥੇ ਸਭ ਤੋਂ ਆਪਣੇ ਘਰਾਂ 'ਚ ਸੀਗੇ, ਪਰ ਇਹ ਗੱਲਾਂ ਸੁਣ ਸੁਣ ਕੇ ਰੋਹ ਚੜ੍ਹਦਾ ਰਹਿੰਦਾ ਸੀਗਾ। ਉਦੋਂ ਵੀ ਦਿੱਲੀ ਵਿੱਚ ਹੀ ਸੀਗੇ, ਔਰ ਬਲਕਿ 18 ਅਕਟੂਬਰ ਨੂੰ ਸਾਡੀ ਮੈਰਿਜ ਐਨੀਵਰਸਰੀ ਸੀਗੀ, ਅਤੇ ਅਸੀਂ ਸੋਚ ਰਹੇ ਸੀਗੇ ਕਿ ਕੁਛ ਅਸੀਂ ਕਰਾਂਗੇ, ਅਤੇ ਇੰਨੇ ਵਿੱਚ ਇੱਕਦਮ ਖਬਰ ਆਈ ਕਿ ਇੰਦਰਾ ਗਾਂਧੀ ਦੀ ਡੈਥ ਹੋ ਗਈ ਹੈ, ਔਰ ਉਹਦਾ ਮਰਡਰ ਹੋ ਗਿਆ ਹੈ 31 ਅਕਟੂਬਰ ਨੂੰ। ਅਤੇ ਫਿਰ ਉਹਨਾਂ ਦੀ ਬੋਡੀ ਨੂੰ ਇੱਥੇ ਮੈਡੀਕਲ ਇੰਸਟੀਚਿਊਟ ਜਿਹੜੀ ਸਾਡੇ ਬਿਲਕੁਲ ਹੀ 1.5 ਕਿਲੋਮੀਟਰ 'ਤੇ ਇੱਥੇ ਲੈ ਕੇ ਆਏ। ਬੜੀ ਬਹੁਤ ਸ਼ੋਰ ਸੀਗਾ ਕਿ ਮਰਡਰ ਕਰਤਾ, ਮਰਡਰ ਕਰਤਾ, ਔਰ ਕਿਸੇ ਉਹਨਾਂ ਦੇ ਸਰਦਾਰ ਬੋਡੀਗਾਰਡ ਨੇ ਹੀ ਕੀਤਾ ਹੈ। ਇਹ ਗੱਲ ਸੁਣ ਕੇ ਟੀ ਵੀ 'ਤੇ ਫਿਰ ਉਹਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ। ਫਿਰ ਇੱਥੇ ਅਸੀਂ ਹਾਲੀ ਸੁਣ ਕੇ ਹੈਰਾਨ ਹੀ ਸੀਗੇ ਕਿ ਪਤਾ ਲੱਗਾ ਕਿ ਮੌਬ ਆ ਰਹੀ ਹੈ, ਔਰ ਸਾਰਿਆਂ ਨੇ ਕਿਹਾ ਕਿ ਜੋ ਜੋ ਬਾਹਰ ਹੈਗੇ ਨੇ ਸਭ ਨੂੰ ਬਾਹਰ ਬੁਲਾ ਲਓ, ਬੱਚਿਆਂ ਨੂੰ ਆਪਣੇ ਆਫਿਸ ਤੋਂ ਇੱਥੋਂ ਇੱਥੋਂ ਬੁਲਾ ਲਓ, ਅਤੇ ਕੰਮਾਂ ਤੋਂ, ਸਾਈਟਾਂ ਤੋਂ, ਸਭ ਜਗ੍ਹਾ ਦੇ ਉੱਤੇ, ਕਿਉਂਕਿ ਟੀ ਵੀ 'ਤੇ ਆ ਰਿਹਾ ਸੀ, ਨਾਲੇ ਅਸੀਂ ਲੋਕਾਂ ਨੇ ਵੀ ਫੋਨ ਕੀਤੇ, ਉਹ ਕੀਤੇ, ਪਰ ਉਸ ਦਿਨ 'ਤੇ ਟੀ ਵੀ ਦੇ ਉੱਤੇ ਖੜੀ ਖੜੀ ਇੰਦਰਾ ਗਾਂਧੀ ਦੀ ਬੋਡੀ, ਫੇਸ, ਉਹ ਸਭ ਕੁਛ ਦਿਖਾਉਂਦੇ ਰਹੇ। 1 ਤਰੀਕ ਨੂੰ ਫਿਰ ਮੌਬ ਨਿਕਲੀ ਹੈ ਉਹਨਾਂ ਨੇ, ਕਿਉਂਕਿ ਸਭ ਤੋਂ ਪਹਿਲਾਂ ਏਮਸ ਤੋਂ ਬਾਅਦ ਸਾਡੀ ਕੋਲੋਨੀ ਪੈਂਦੀ ਹੈ, ਅਤੇ ਇੱਥੇ ਮੌਬ ਨੇ ਆਉਣਾ ਸ਼ੁਰੂ ਕੀਤਾ। ਔਰ ਹਾਲਾਂਕਿ ਪੁਲਿਸ ਮਾਰਕੀਟ ਦੇ ਨਾਲ ਹੀ, ਸਾਡੀ ਪਿਛਲੀ 2 ਲੇਨਾਂ ਛੱਡ ਕੇ ਨਾ ਮਾਰਕੀਟ ਹੈਗੀ ਹੈ ਸਾਡਾ, ਇੱਥੋਂ ਦਾ ਸਾਊਥ ਐਕਸਟੈਂਸ਼ਨ ਮਾਰਕੀਟ, ਬੜੀ ਪੌਸ਼, ਬੜੀ ਮਸ਼ਹੂਰ ਮਾਰਕੀਟ ਹੈ ਇੱਥੇ, ਅਤੇ ਇੱਥੇ ਸਰਦਾਰਾਂ ਦੀਆਂ ਵੀ ਕਈ ਸਾਰੀਆਂ ਦੁਕਾਨਾਂ ਨੇ, ਸਨ, ਹੁਣ ਵੀ ਹਨ, ਅਤੇ ਉਹ ਫਿਰ ਉਹਨਾਂ ਨੇ ਲੋਕਾਂ ਨੇ ਜਾ ਕੇ ਪਹਿਲਾਂ ਉਹ ਲੁੱਟਣੀਆਂ ਸ਼ੁਰੂ ਕੀਤੀਆਂ, ਸ਼ੂਜ਼ ਦੀ, ਵੁੱਡਲੈਂਡ ਦੀ, ਬਾਟਾ ਦੀ, ਇਹਨਾਂ ਸਭ ਦੀਆਂ ਦੁਕਾਨਾਂ ਨੂੰ ਜਾ ਜਾ ਕੇ ਉਹਨਾਂ ਨੇ ਸਾਰੇ ਉਹਦੇ ਵਿੱਚੋਂ ਜੁੱਤੇ ਲੱਭੇ, ਸਾਰੇ ਇਕੱਠੇ ਕਰਕੇ ਪੋਟਲੀਆਂ ਬੰਨ੍ਹ ਬੰਨ੍ਹ ਕੇ ਲੁੱਟਾਂ ਦੀ ਲਿਜਾ ਲੈ ਗਏ। ਟੀ ਵੀ ਦੀ ਦੁਕਾਨਾਂ ਦੇ ਵਿੱਚੋਂ, ਇਲੈਕਟ੍ਰੋਨਿਕਸ ਦੇ ਵਿੱਚੋਂ ਸਭ ਕੁਛ ਲੁੱਟ ਕੇ ਲੈ ਜਾਂਦੇ ਰਹੇ। ਸਾਡੇ ਸਾਹਮਣੇ ਜਿਹੜੇ ਸਾਡੇ ਨੇਬਰ ਰਹਿੰਦੇ ਨੇ, ਇਹਨਾਂ ਦਾ ਆਫਿਸ ਵੀ ਉੱਥੇ ਹੀ ਹੈ, ਅਤੇ ਸਰਦਾਰ ਤਾਂ ਕੋਈ ਬਾਹਰ ਨਿਕਲਦਾ ਨਹੀਂ ਸੀਗਾ, ਰੱਬ ਨੇ ਇਹ ਕਿਹਾ ਤਾਂ ਲੇਡੀਜ਼ ਫਿਰ ਵੀ ਥੋੜ੍ਹੀ ਬਹੁਤੀ ਬਾਹਰ ਜਾ ਕੇ ਦੇਖਦੀਆਂ ਸਨ ਕਿ ਕੀ ਹੋ ਰਿਹਾ ਹੈ, ਕੀ ਨਹੀਂ ਹੋ ਰਿਹਾ। ਅਤੇ ਇਹਨਾਂ ਦਾ ਬੜਾ ਵੱਡਾ ਬਿਜ਼ਨਸ ਹੈ, ਨਰੂਲਾਜ਼ ਹੈ, NDS ਨਰੂਲਾ ਦੇ ਨਾਂ ਦਾ ਉਹਨਾਂ ਦੀ ਕੰਪਨੀ ਹੈਗੀ ਹੈ। ਉੱਥੇ ਉਹਨਾਂ ਨੇ ਕਿਹਾ ਉਹਨਾਂ ਦਾ ਸਮਾਨ, ਉਹਨਾਂ ਦੇ ਪੇਪਰਸ, ਉਹਨਾਂ ਦਾ ਆਫਿਸ ਦਾ ਲੁੱਟਮਾਰ ਮਚਾ ਰਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਲੇਡੀਜ਼ ਨੂੰ ਕਿਹਾ ਕਿ ਤੁਸੀਂ ਜਾ ਕੇ ਦੇਖੋ ਕੀ ਹੋ ਰਿਹਾ, ਕੁਛ ਆਪਣਾ ਜੇ ਕੋਈ ਬਚਾਉਣ ਵਾਲਾ ਹੈ ਉਹਨੂੰ ਬਚਾ ਲਓ। ਅਤੇ ਜਿਹੜੇ ਉੱਥੇ ਪੁਲਿਸ ਖੜ੍ਹੀ ਸੀ ਉਹ ਹੱਸ ਕੇ ਮਜ਼ਾਕ ਕਰਕੇ ਉਹਨਾਂ ਨੂੰ ਕਹਿੰਦੀ, ਆ ਗਈਆਂ ਉਹ, ਬਚਾ ਲਓ ਜੋ ਬਚਾਉਣਾ, ਆ ਗਈਆਂ ਉਹ, ਦੇਖ ਲਓ ਕੀ ਕਰ ਸਕਦੇ ਹੋ, ਕਰ ਲਓ, ਦੇਖੀਏ ਅਸੀਂ ਵੀ।
फिर वो थोड़ी देर खड़िया रही फिर वापस आ गई इस तरह करके इन्होंने फिर वो साड़ी इस आवाज़ा सानू आंदियां रही कि मोब आ रही है सारे अंदर जाओ अंदर जाओ साड़ी लेन विच तो नहीं आए साड़ी रोड तो नहीं आए साढ़े नेबर्स एक इत्थे सीगे बहुत अच्छे साडे फ्रेंड फ्रेंड सीगे उन्होंने शाम नू सानू कहा कि तुसी इत्थे ना रहो कल फिर होर मोब आएगी होर इत्थे गड़बड़ होएगी साढ़े आ जाओ। मेरे सरदार साहब इस चीज़ नू जरा नहीं पसंद कर रहे सन पर फिर उस वक्त ते असी नहीं गए। पार्ट वन दे विच फिर मॉब चला गया साउथ एक्सटेंशन पार्ट वन और विच रिंग रोड हैगी है राइट साइड ते पार्ट टू हैगा लेफ्ट साइड ते पार्ट वन है उत्थे मिस्टर सरदार बिंद्रा सरदार गुरमीत सिंह बिंद्रा रहिंदे सन उन्हां दा भी बड़ा अच्छा काम सी हैगा सी एफ सी उन्हां दे घर वड़ गए उन्होंने घर के हाली वो लोग उत्थे सी फिर उन्होंने पिछले पास्य नाल दियाँ पौड़िया च चढ़ के उतों उतरे उन्होंने थोड़ा टाइम तो जिन्ना चर मॉब रही मॉब ने अंदर वड़ के सारा फर्नीचर तोड़िया चांदी दे उत्थे जड़ा उन्होंने समान पिया सी वो चुकया कारपेट रोल किते मतलब सारी चीज़ बर्बाद की तोड़ी फोड़ी फिर उन्होंने वो अग लगा उन्होंने घर में अग लगा के फिर वो अगे बढ़ गए फिर और दुकान उन्होंने कोटले दियाँ जड़ियाँ दुकान सी कोटला मुबारकपुर इत्थे नाल ही एक हैगी है उत्थे थोड़े मिडिल क्लास लोअर क्लास मिडिल क्लास लोगों दुकान ने उन्होंने शॉप्स ने वो लोग रहते हैं वो फिर सारे इत्थे साउथ एक्स आ गए आके उन्होंने फिर लुटपाट की तो फिर बेचारे बिंद्रास से बहुत शॉक्ड हो गए बहुत उन्होंने तो नुकसान होया घर भी हो गया तो वो उन्होंने एक ब्रदर फिर इतने पार्ट वन रहा वो फिर उन्होंने कोल आ गए सानू फिर जिस वक्त पता लगा कि हम कल इधर फिर भी उन्होंने चक्कर मारना है तो फिर वो साढ़े जोड़े नेबर से सानू आके रात अपने घर लै गए। साडा एक डॉग सीगा वो बहुत मेरे नाल अटैच सीगा वो छड़दा नहीं सी मैनू फिर उन्होंने कहा इनू भी नाल लै चलते हैं क्योंकि जिस वक्त ही वो दरवाज़ा खोलनगे जे फर्ज करो अंदर आ गया तो सब तो पहला दौड़ के साढ़े को आएगा तो फिर वो भी उत्थे आ गया फिर असी एक दो डेढ़ दिन असी उत्थे रहे कोई खाना पीना कुछ नहीं बाहर जाके लै सकते सी कुछ नहीं हो सकता सीगा सो तीन दिन दो ढाई दिन असी इस तरह ही रहे पूरे पढ़ते करके दिने राती पूरे कर कर्टन सारे अपने से ड्रॉ कर लेने वो करने के किसी को पता ना लगे किड़ा सरदारा का घर है किड़ा कितने लब लब के उन्होंने सरदारा के घर के पिछों उन्होंने मारिया फड़िया तो फिर इतों फिर तीन तरीक न जो फिर वह संस्कार होया है उस तो बाद फिर थोड़ा कटिया पर फिर भी कहते गड्डिया के जोड़े बच्चे बहरों आ रहे हैं जोड़े सरदार आ रहे हैं जा रहे हैं ट्रेनस के बसिस के उतों भी फड़ फड़ के उन्होंने मारे टायर के नाल बन बन के उन्होंने अगं लगाइया और नाल मारे सोटिया नाल मारे पुलिस के भी नाल सारा वक्त साथ रही है पर रोकता कोई नहीं सी उन्होंने हटा कोई नहीं गुरद्वार के भी बढ़ गए तो गुरुद्वारे के एक असी गुरद्वरे का सुनया सी इतने ग्रेटर कैलाश के कोल कि उत्थे उन्होंने छोटे कारपेट के बन के उतों के भाई उन्होंने अग लगाई अद्धा सड़िया बेचारा अद्धा नहीं सड़िया फिर इस तरह करके भी जो कोई उन्होंने दिस गया बहुत सारे लोगों ने उस वक्त अपने मुंडिया दियाँ बच्चों दियाँ जोड़े 10 साल तक दे गुत्तां बनातियाँ करती क्योंकि मुंडा बच्चा सरदार बुढ़ा कोई उन्होंने नहीं छड़िया जिहड़ा उन्होंने हाथ लगता रहा। फिर बाद दे भी सानू पता लगा कि जिहड़ी जमुना पार इन्हां दी कॉलोनी उत्थे जा जाके ते इन्होंने सारे बेचारे गरीब तबका सीगा उत्थे जिहड़े रहिंदे सी छोटे घरां दे विच रहिंदे सीगे उन्हां नू बहुत मारिया पत्थरां नाल मारिया मार मार के पत्थर मार मार के उन्होंने मार दिता कम से कम 10-15 हज़ार बंदा उस वक्त इन्होंने 3 दिन के मारिया और रोकया किसी ने नहीं बहुत लोग बाद च कहते हैं कि अगे उन्होंने लीडर देखे ने देखे नाल जिहड़ा उन्होंने हल्लाशेरी दे रहे सीगे कि जी इधर जाओ इधर जाओ इधर जाओ कोई FIR नहीं बाद च दर्ज की कोई उन्होंने कुछ कोई साथ गवर्नमेंट ने नहीं दिता बिल्कुल भी।
जितों तक मेरा परसनल ख्याल है, मैं तो यह लगता है कि उस वक्त एमरजेंसी लगाई सी इंदिरा गांधी ने, उस दे नाल पब्लिक बड़ी गुस्से सी। फिर उन्होंने एक फैमिली प्लानिंग का प्रोग्राम शुरू किया सीगा, वो डिस्क्रिस्टिक्रेट कर रहे सीगे मुंडिया आदमियों नूं कि भाई बहुत पॉपुलेशन बहुत बढ़ती जा रही सी, तो और इलेक्शन आ रहे सी नेड़े, तो पब्लिक ओपीनियन वॉज वेरी अगेंस्ट कांग्रेस एंड स्पेशली इंदिरा गांधी। तो वो कई लोग यह कहते ने र्यूमर हैगी है कि जे इंदिरा गांधी नू मारिया भी ना हुंदा तद भी उन्होंने यह प्लैन किया होया सीगा कि कोई ना कोई बहाना लभ के ऐतकी सिखां दे उत्ते असी करना हैगा, जिस दे नाल के हिंदू वोट बैंक और जिहड़ा मुसलमान बैंक हैगा है, क्योंकि सिख तो बहुत थोड़े ने 2% हट गए ने इन्नी उहदे विच, ते उन्होंने पहला तो ही यह प्लैन सीगा, पर वो ब्लू स्टार दा दरबार साहब दा वो सुन के ते सारियां दे विच ही मन भड़के होए सन, बहुत रोश सी बहुत गुस्सा सीगा। ते वो फिर उस दे बॉडीगार्ड ने जिहड़ा सीगा सरदार, उसने फिर उन्हें मार दिता ते उन्हां नूं चांस मिल गया। फिर कहिंदे ते इही ने कि उन्होंने जेलां दे विच्चों जिहड़े हार्ड क्रिमिनल सीगे दूसरे सीगे वो सब छड्डे, जाओ जिन्ना मार सकते हो जिन्ना जाके लुटपाट कर सकते हो जो जो कुछ कर सकते हो करो खुली छुट्टी। सो पॉलिटिकल ही सीगा सारा, टू सेव देमसेल्व्स एंड अपना वो करन वास्ते मुड़ के इलेक्शन जीतन वास्ते दे ट्राइड दिस थिंग। और बाद दे विच इहदा असर भी बहुत होया, इन्होंने मेन स्ट्रीम तो इन्हों सू सरदारा सारे कढ दिता, किसी सिविल सर्विस पुलिस सर्विस आर्मी चे किसी नहीं सी आन दिते, प्रमोशनज रोक दतियाँ, और तो बहुत इन्होंने गलत बिहेवियर बाद तक काफ़ी बाद तक रखिया। 84 का एक तो देखो थोड़ा जहा मन दे विच ए हो गया कि असी सिक्योर नहीं है। मेरा बेटा उस वक्त 12th का एग्जाम दिता सी उसने, तो इत्थे असीं दिल्ली च गया कि बच्चा पता नहीं किन्ना सेफ रहेगा अगे इन्होंने की करना है। सो असी बिदर साहब का सानूं पता लगा सीगा कि उत्थे बहुत अच्छा इंजीनियरिंग कॉलेज मेडिकल कॉलेज भी तैयारी हो रही है, कई सिखां दे वास्ते उत्थे स्पेशल वो हैगा, नाले छोटी जी जगह हैगी है और बहुत अच्छा असी दर्शन करन गए सी, बहुत अच्छा वातावरण बहुत अच्छा वो सीगा। ते असी फिर अपने बच्चे उत्थे पा दिता, इत्थे सानू दो कॉलेज एडमिशन भी मिल गई सन, गुजरात दे विच आनंद विच भी एडमिशन मिल गई सी बच्चे नू साडे नू, पर फिर असी कहा नहीं ते गुरु की नगरी विच उत्थे रहेगा अपना वो रहेगा, असी उन्हूं उत्थे भेजिया। उत्थे भेज के बस वाहिगुरू की मर्जी जिस तरह से क्यों की होया, उत्थे भी फिर मुड़ के 88 दे विच पहला 87 दे विच भी शिवसेना और उन्हां लोकां दे विच कुछ तना तनी चल रही थी, क्योंकि ये सरदार जोगा सिंह उत्थों दा प्रिंसीपल और बहुत अच्छा मेन बंदा सीगा वो मेडिकल कॉलेज वास्ते भी ट्राई कर रहा सीगा, ते शिवसेना वाले ने देखते सन वो कहते सन कि इत्थे बहुत सरदारा था वो प्रभाव बढ़ता जा रहा है, उन्होंने बहुत हों जा रहा है, फार्मास्यूटिकल कॉलेज भी उत्थे हो गया सी, नर्सिंग कॉलेज भी उत्थे हो गया सीगा, इंजीनियरिंग कॉलेज भी हो गया सी, हुण मेडिकल कॉलेज बनन दा हो रहा सीगा, ते सानू कुछ नहीं पता वो विचों विच उन्होंने उत्थे फिर की किया। पहला उन्होंने उत्थों दा डीएम बदलिया, एसपी बदलिया, सरदार सीगे जिहड़े उत्थे, फिर उन्होंने उत्थों दा एयरपोर्ट का जिहड़ा इंचार्ज सीगा वो तो रह गया, पर बाकी जिन्हें भी हाई ऑफिशियल सीगे उन्होंने वो सारे चेंज करके कोई शर्मे कोई 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 अपने बंदे उत्थे लगा दिते। मैं गई हुई सी हैदराबाद, मेरा बेटा गुरिंदर सिंह उसका नाम मैनू मिलन भी आया आके, तो असी 15 तरीक नू प्रोग्राम बना रहे सीगे कि असी वापस आ जावांगे, क्योंकि उसकी प्रिपरेटर वो 4th ईयर च आ गया सीगा इंजीनियरिंग दे, हाली 21 साल का भी नहीं सी होया, तो असी प्रोग्राम बना रहे सीगे कि असी वाया बॉम्बे आवांगे, ओके इत्थे आके तो फिर तो मैं 17 तरीक दियाँ टिकटां उत्थों बुक करा ली, सितंबर 88
ਸੈਪਟੈਂਬਰ ਅਸੀਂ 17th ਕਿ 18th ਨੂੰ ਅਸੀਂ ਦਿੱਲੀ ਵਾਪਸ ਆ ਜਾਣਾ ਸੀਗਾ। ਉਹਨੇ ਮੈਨੂੰ ਫੋਨ ਕੀਤਾ ਕਿ ਮੰਮੀ ਟਿਕਟਾਂ ਹੋ ਗਈਆਂ ਨੇ। ਮੈਂ ਕਿਹਾ ਹਾਂ ਬੇਟਾ ਹੋ ਗਈਆਂ ਨੇ। ਅਤੇ ਕਹਿੰਦਾ ਅੱਛਾ ਮੈਂ ਫਿਰ ਪਰਸੋਂ ਫੋਨ ਕਰਾਂਗਾ। ਮੈਂ 15 ਤਰੀਕ ਵੇਟ ਕਰਦੀ ਰਹੀ ਪਰ ਫੋਨ ਨਹੀਂ ਆਇਆ। ਮੈਂ ਬੜਾ ਕੀਤਾ, ਮੈਂ ਕਿਹਾ ਫਿਰ ਮੈਂ ਅਸੀਂ ਮੰਜੀ ਦੇ ਕੋਲ ਅਸੀਂ ਗਏ ਹੋਏ ਸੀਗੇ, ਉਹਨਾਂ ਨੂੰ ਮੈਂ ਕਿਹਾ ਕਿ ਫਿਰ ਪਤਾ ਕਰੋ, ਕਿਉਂਕਿ ਉਹ ਜਿਹੜਾ ਏਅਰਪੋਰਟ ਦਾ ਇੰਚਾਰਜ ਸੀਗਾ, ਜਿਹੜਾ ਉੱਥੇ ਡਾਇਰੈਕਟਰ ਸੀਗਾ, ਉਹ ਉਹਨਾਂ ਦਾ ਰਿਸ਼ਤੇਦਾਰ ਸੀ। ਉਹਨਾਂ ਨੇ ਉਸ ਤੋਂ ਫੋਨ ਕੀਤਾ ਅਤੇ ਕਹਿਣ ਲੱਗੇ ਕਿ ਪਤਾ ਕਰਕੇ ਦੱਸਦਾ ਵਾ। ਉਹਨੇ ਦੱਸਿਆ ਨਹੀਂ। ਸ਼ਾਮ ਨੂੰ ਫਿਰ ਕੋਈ ਉਹਨਾਂ ਦੇ ਆਏ, ਆ ਕੇ ਫਰੈਂਡਸ ਆਏ, ਉਹ ਕਹਿੰਦੇ ਨੇ ਕਿ ਬਿਦਰ 'ਚ ਤਾਂ ਰੋਇਡਸ ਹੋ ਗਏ ਨੇ, ਉੱਥੇ ਤਾਂ ਸੁਣ ਰਹੇ ਆ ਕਿ ਸਟੂਡੈਂਟਸ ਨੂੰ ਮਾਰ ਰਹੇ ਨੇ, ਉੱਥੇ ਕਰਫਿਊ ਲੱਗਾ ਹੋਇਆ ਹੈ, ਉੱਥੇ ਤਾਂ ਹੋਇਆ ਆ। ਬੜੀ ਪਰੇਸ਼ਾਨ ਹੋਈ ਮੈਂ। ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਪਤਾ ਕਰੋ ਗੁਰਿੰਦਰ ਦਾ। ਕਹਿੰਦੇ ਨੇ ਗੁਰਦੁਆਰੇ ਪਹੁੰਚ ਗਏ ਨੇ ਬੱਚੇ ਉਹਨਾਂ ਨੇ, ਕਿਉਂਕਿ ਗੁਰਦੁਆਰਾ ਨਾਨਕ ਚੀਰਾ ਉੱਥੋਂ ਦਾ ਬੜਾ ਉੱਤੇ ਪਹਾੜੀ 'ਤੇ ਵੀ ਸੀ ਔਰ ਬੜਾ ਸਿਕਿਓਰ ਸੀਗਾ, ਅਤੇ ਸਾਰੇ ਜਿੰਨੇ ਬੱਚੇ ਉੱਥੋਂ ਦੇ ਜਿਹੜੇ ਫਸਟ ਈਅਰ ਹੋਸਟਲ ਵਾਲੇ ਜਿਹੜੇ ਬੱਚੇ ਸੀ ਉਹ ਤਾਂ ਹੋਸਟਲ 'ਚ ਚਲੇ ਗਏ, ਜਿਹੜੇ ਘਰਾਂ 'ਚ ਲੈ ਕੇ ਰਹਿ ਰਹੇ ਸੀਗੇ। ਮੇਰਾ ਬੇਟਾ ਔਰ 3 ਹੋਰ ਸਰਦਾਰ ਬੱਚੇ ਚਾਰੋਂ ਇੱਕ ਘਰ ਦੇ ਵਿੱਚ ਰਹਿ ਰਹੇ ਸੀਗੇ। ਅਤੇ ਮੈਂ ਫਿਰ ਉਦੋਂ ਇਸ ਤਰ੍ਹਾਂ ਫੋਨ ਹੈ ਮੋਬਾਈਲ ਵਗੈਰਾ 'ਤੇ ਸੀ ਨਹੀਂ ਕਿ ਮੈਂ ਫੋਨ ਕਰਕੇ ਉਹਨੂੰ ਪੁੱਛ ਲੈਂਦੀ। ਫਿਰ ਅਸੀਂ ਉੱਥੇ ਹੀ ਫੋਨ ਕੀਤਾ, ਉਹਨਾਂ ਨੇ ਕਿਹਾ ਨਹੀਂ ਜੀ ਠੀਕ ਹੈਗਾ ਉਹ ਗੁਰਦੁਆਰੇ ਆ ਗਿਆ। ਮੈਂ ਕਿਹਾ ਮੇਰੀ ਗੱਲ ਕਰਾਓ, ਕਿ ਉਹ ਦੂਰ ਹੈਗਾ ਅਫਸਰ ਕਰਕੇ ਉਹਨਾਂ ਨੇ ਟਾਲ ਦਿੱਤਾ। ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਮੈਂ ਕਿਹਾ ਕੀ ਗੱਲ ਹੋ ਗਈ, ਉਹਨੇ ਆਪ ਵੀ ਫੋਨ ਕਿਉਂ ਨਹੀਂ ਕੀਤਾ। ਫਿਰ ਅਗਲੇ ਦਿਨ ਪਤਾ ਚੱਲਿਆ ਕਿ ਉੱਥੇ ਕੁਛ ਉਹਨਾਂ ਨੇ 7-8 ਬੱਚੇ ਮਾਰ ਦਿੱਤੇ ਨੇ ਅਤੇ ਹਾਲਤ ਬੜੀ ਖਰਾਬ ਹੈ। ਅਸੀਂ ਲੋਕ ਫਿਰ ਬਿਦਰ ਲਈ ਚੱਲ ਪਏ। ਫਿਰ ਹੈਦਰਾਬਾਦ ਤੋਂ 3 ਘੰਟੇ ਦਾ ਰਸਤਾ, ਅਸੀਂ ਉੱਥੇ ਜਾ ਕੇ ਲੱਭਦੇ ਰਹੇ ਘਰ ਦੇ ਵਿੱਚ ਉਹਦਾ, ਤਾਂ ਘਰ ਉਹ ਸਾਰਾ ਉਹਨਾਂ ਨੇ ਲੁੱਟਿਆ ਹੋਇਆ, ਸਾਰਾ ਉਹ ਕੀਤਾ ਹੋਇਆ ਜਿਹਦੇ ਘਰ 'ਚ ਚਾਰੋਂ ਬੱਚੇ ਰਹਿ ਰਹੇ ਸੀਗੇ। ਅਤੇ ਫਿਰ ਉੱਥੇ ਜਾ ਕੇ ਪਤਾ ਚੱਲਿਆ ਕਿ ਮੌਬ ਆਈ ਇਹਨਾਂ ਦੇ ਪਿੱਛੇ ਦੌੜੀ। ਇਹਨਾਂ ਨੂੰ ਪਤਾ ਹੀ ਨਹੀਂ ਸੀ ਆਪਣੀ ਪੜ੍ਹਾਈ ਕਰ ਰਹੇ ਸਨ, ਉਹ ਕਰ ਰਹੇ ਸਨ। ਸਵੇਰੇ 10:30-11 ਵਜੇ ਦੇ ਕਰੀਬ ਮੌਬ ਆਈ ਹੈ। ਔਰ ਉਹਨਾਂ ਲੋਕਾਂ ਨੇ ਜਿੰਨੇ ਵੀ ਸਰਦਾਰ ਘਰਾਂ ਦੇ ਵਿੱਚ ਰਹਿ ਰਹੇ ਸਨ, ਜਿਹੜੇ ਜਿਹੜੇ ਘਰ 'ਚ ਉੱਥੇ ਨਿਸ਼ਾਨ ਹੋਦੇ, ਉਹਨਾਂ ਨੇ ਪਹਿਲਾਂ ਪਤਾ ਕਰ ਲਿੱਤੇ ਸੀ ਕਿੱਥੇ ਰਹਿ ਰਹੇ ਨੇ। ਉੱਥੇ ਵੀ ਇਸੇ ਤਰ੍ਹਾਂ ਦੁਕਾਨਾਂ ਲੁੱਟੀਆਂ, ਉੱਥੇ ਵੀ ਜਿਹਨਾਂ ਨੇ ਦੇ ਸਮਾਨ ਸੀਗਾ ਉਹ ਸਾਰਾ ਉਹਨਾਂ ਨੇ ਇਸ ਤਰ੍ਹਾਂ ਕਿ ਸਟੂਡੈਂਟਸ ਨੂੰ ਵਿਚਾਰਿਆਂ ਦੀ ਇਹਦੀਆਂ ਕਿਤਾਬਾਂ ਫੈਲੀਆਂ ਹੋਈਆਂ, ਇਹਦਾ ਸਮਾਨ ਉੱਥੇ ਇਸ ਤਰ੍ਹਾਂ ਹੋਇਆ। ਫਿਰ ਜਾ ਕੇ ਅਸੀਂ ਦੇਖਿਆ ਕੀਤਾ, ਪਤਾ ਲੱਗਾ। ਫਿਰ ਆਏ ਅਸੀਂ ਅਤੇ ਪਤਾ ਲੱਗਾ ਕਿ ਜੀ ਇਹਨਾਂ ਨੇ 8 ਬੱਚੇ ਮਾਰੇ ਨੇ, ਜਿਹਨਾਂ ਦੇ ਵਿੱਚੋਂ 2 ਬੱਚੇ ਤਾਂ ਉਸ ਦਿਨ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਉਹਦਾ ਸਿਰ ਸੁਰ 'ਤੇ ਮਾਰ ਕੇ ਅਤੇ ਮਰ ਗਏ। ਉੱਥੇ ਪਾਣੀ ਦੇ ਵਿੱਚ ਪੁਲਿਸ ਸਟੇਸ਼ਨ 'ਤੇ ਰੱਖੇ ਹੋਏ ਸਨ ਉਹਨਾਂ ਦੇ ਪੇਰੈਂਟਸ। ਇੱਕ ਦੇ ਬੱਚੇ ਨੂੰ ਛੁਰਾ ਮਾਰਿਆ ਅਤੇ ਉਹਦੀ ਕਿਡਨੀ ਰਹਿ ਸਾਰੀ ਹੋ ਗਈ, ਇੰਜਰ ਹੋਈ, ਉੱਥੇ ਉਹਨੂੰ ਸੱਟ ਲੱਗੀ। ਉਹਨੂੰ ਫਿਰ ਹੋਸਪਿਟਲ ਹੈਦਰਾਬਾਦ ਭੇਜ ਦਿੱਤਾ ਉਹਨਾਂ ਨੇ। ਸਾਡੇ ਬੱਚਿਆਂ ਦਾ ਪਤਾ ਨਾ ਲੱਗੇ। 2 ਬਾਰਾਬੰਕੀ ਦੇ ਭਰਾ ਸਕੇ ਭਰਾ ਸੀਗਾ, ਇੱਕ 4th ਈਅਰ 'ਚ ਇਹਦੇ ਨਾਲ ਸੀਗਾ, ਇੱਕ ਉਸੇ ਸਾਲ ਐਡਮਿਸ਼ਨ ਲਈ ਸੀ ਜੁਲਾਈ ਦੇ ਵਿੱਚ, ਉਹਦੀ ਐਡਮਿਸ਼ਨ ਸੈਪਟੈਂਬਰ 'ਚ ਆਇਆ ਸੀ ਕਿ ਉਸ ਭਰਾ ਦੇ ਨਾਲ ਰਹੇਗਾ। ਔਰ ਇੱਕ ਬੱਚਾ ਜੈਪੁਰ ਦਾ ਸੀਗਾ। ਇਹਨਾਂ 4 ਬੱਚਿਆਂ ਨੂੰ ਮਾਰ ਕੇ ਖੂਹ 'ਚ ਸੁੱਟਤਾ। ਕਹਿੰਦੇ ਤੇ ਨੇ ਕਿ ਪੁਲਿਸ, ਕਿਉਂਕਿ 8-10-6-7 ਕਿਲੋਮੀਟਰ ਦੂਰ ਸੀਗਾ, ਆਪੇ ਤਾਂ ਲਿਜਾ ਕੇ ਚੁੱਕ ਕੇ ਲਿਜਾ ਨਹੀਂ ਸਕਦੇ। ਕਹਿੰਦਾ ਤਾਂ ਕਹਿੰਦੇ ਪੁਲਿਸ ਦੀ ਜੀਪ ਦੇ ਵਿੱਚ ਪੁਲਿਸ ਲੈ ਕੇ ਗਈ ਹੈ ਲਿਜਾ ਕੇ ਉਹਨਾਂ ਨੂੰ। ਫਿਰ ਜਾ ਕੇ ਦੇਖਿਆ ਉਹ 2 ਬੱਚਿਆਂ ਨੂੰ, ਅਤੇ ਪਹਿਲਾਂ ਉਸੇ ਦਿਨ ਜਿਸ ਦਿਨ ਅਸੀਂ ਪੁੱਛੇ ਸੀ ਉਹਨਾਂ ਦਾ ਸੰਸਕਾਰ ਕੀਤਾ ਇਹਨਾਂ ਬੱਚਿਆਂ ਦੀ। ਫਿਰ ਸਵੇਰੇ ਅਗਲੇ ਦਿਨ ਉਹਨਾਂ ਨੇ ਬੋਡੀ ਕੱਢੀ ਨਾ, ਮੈਨੂੰ ਦਿਖਾਈ ਸਾਰੀ ਸੁੱਜ ਗਈ, ਸਾਰੀ ਕੱਪੜਿਆਂ ਤੋਂ ਪੈਸ ਜਾਂਦੇ। ਮੇਰੇ ਸਰਦਾਰ ਸਾਹਿਬ ਵੀ ਆ ਗਏ ਸਾਰੇ, ਉੱਥੇ ਸੰਸਕਾਰ ਕਰਕੇ ਆ ਗਏ। ਸਾਡਾ ਇੱਕੋ ਹੀ ਬੱਚਾ, 2 ਬੇਟੀਆਂ 1 ਬੇਟਾ, ਘਰ ਹਨੇਰਾ ਹੋ ਗਿਆ, ਜ਼ਿੰਦਗੀ ਬਦਲ ਗਈ। ਸੋ ਇਸ ਤਰ੍ਹਾਂ ਬੜੇ ਘਰ ਹਨੇਰੇ ਹੋਏ, ਬੜੇ ਘਰ ਜੁੜੇ। ਅਸਰ ਹੋਇਆ, ਜੋ ਜੀਵਨ ਸੀ ਉਹ ਜੀਵਨ ਨਹੀਂ ਰਿਹਾ।
फिर तेरा पाना मीठा करके मन के फिर चल पे जिंदगी ओदे बारे च बेटा सारा सारी साड़ी सारिया खुशियां इन्ना शांत इन्ना अच्छा दोनों बहना वड्डी है तो छोटा पर इन्ना फरमा बरदार इन्ना गुरु दस मनन वाला गुरु साहब का पाठ करन वाला विदर साहब तो जदों आंदा सी पाठ करा के प्रसाद लै के सारा करके आंदा सीगा अपने काम दे विच अपनी हरेक चीज़ दे विच बड़ा इंटेलिजेंट बड़ा इत्थे मॉडर्न स्कूल च मॉडर्न स्कूल च पढ़ता सीगा बड़ा अच्छा एथलीट सीगा क्वेस्ट्रेरियन सीगा घोड़े घोड़सवारी दा इन्ना उहनूं शौक सीगा अपने उत्थों दी टीम विच सीगा हाली मेरे ख्याल चार पाँच छः साल दा होएगा तो एक दिन मैनूं आके कहिंदा मम्मी जरा 10,000 रुपये तो देना मैं क्या क्यों बेटा की गल हो गई वो कोई बरात वाले जाते ना जो घोड़े लैके कोई उतो बहरों घोड़ा लैके जा रहा है वो गली लग गया कहता किस तरह घोड़ा वेचन वाला उन्हें भी बच्चा समझ के मजाक किया कि हाँ हाँ तो तू लैना कहता हाँ मैं लैना किन्ने दा मैं क्या 10,000 लाया तो आके मैं कहना मम्मी 10,000 का मिलता पिया घोड़ा मैं क्या बेटा वो तो हसता पिया से कितने रखा घोड़ा रखना पता तो मैं दस रही हूँ कि किस तरह इनोसेंट सीगा बिल्कुल पर कितना जिस चीज़ का शौक सी उस दे वास्ते अपनी टीम दे विच जिस तरह होंगी सी उन्हां दी परेड होंगी सी या मार्च पास होंगे सी उस अगे वध जिहड़ा एक बच्चा अगे हुंदा ना जिहड़ा जिहड़ा वो है अगे हुंदा सीगा और बड़ा हिस्ट्री उसनूं इन्नी याद सी पुरानी सारी अपने गुरुआं दी हिस्ट्री सिख हिस्ट्री वर्ल्ड हिस्ट्री सारी ट्वेल्थ विच उन्हें सारा आर्ट्स लिते हुए सन साइंस भी लिती सी पर उहदे च जिहड़े दो सब्जेक्ट लाने पैंदे ने उहदे च उसने हिस्ट्री लिती हुई सीगी और एक्टिंग दा अपने उतों दी अपनी उहदे विच सोसाइटी जिहड़ी उहनां दी एक ड्रामेटिक हुंदी है उहदे च उहने बचपन तो ही कोई उन्होंने शेक्सपियर दा वो कीता कोई उन्होंने एक्ट किते दे कबीर दे किते सब च पार्ट लैंदा सीगा मतलब ही वॉज ऑलराउंडर हाँ सारा और बिल्कुल अपनी है तो वड्डी भैन दे नाल ते उहदा इन्ना प्यार सीगा जदों इहने उत्थे बॉम्बे तो किसी ने जाना उहदे वास्ते भेजना जाना मिलना बड़ी खुशी बड़ी सुखी वाला जीवन सीगा अपने वड्डियां दी इतनी इज्जत करदा सीगा बहुत बहुत बीबा बच्चा सी दिल्ली सी आली तो उन्हें एग्जाम दिता नहीं सी ना ट्वेल्थ का एग्जाम दिता फिर रिजल्ट आया तो अगे फिर कॉलेज इतने ट्वेल्थ तो बाद कॉलेज जाना होंदा और उस अपने अपने सारे बच्चों के नाल बड़ा दोस्त बड़ा फ्रेंडली क्रिकेट खेलन का शौक उसका बस बहुत लाइवली बच्चा सी बहुत प्यारा बच्चा सी वो पाया कि असी रॉयट्स के इस तरह छे बच्चे शहीद होए ने शहीद वर्ड नहीं यूज दे करन दिता रॉयट्स वर्ड नहीं यूज करन दिता पर आई कह के वी लॉस्ट 6 प्रेशियस लाइव्स इन दिस मैडनेस ऑफ ऑफ द वर्ल्ड एंड मे गॉड सारे नु मत देवे एंड इन्हां दा इन्हां दी शहीदी किसी कारे पवे पर नहीं उस तो बाद तो बढ़ता ही जा रहा है बढ़ता ही जा रहा है सारा इतना इतना एटमोसफियर खराब हो गया है इतना सारा तो जीवन वैसे ही खराब बर्बाद हो गया खराब हो गया